ਉਸ ਤੋਂ ਇਹ ਪੰਡਿਤ ਮੰਦਿਰ ਵਿੱਚ ਪੂਜਾ ਕਰ ਰਿਹਾ ਸੀ ਤੇ ਉਦੋਂ ਹੀ ਇੱਕ ਮੁਸਲਿਮ ਔਰਤ ਮੰਦਿਰ ਵਿੱਚੋਂ ਪਾਣੀ ਭਰ ਰਹੀ ਸੀ ਤੇ ਗੁੱਸੇ ਵਿੱਚ ਇਹ ਔਰਤ ਕੋਲੇ ਆਉਂਦੇ ਤੇ ਆ ਕੇ ਘੜਾ ਭੰਨ ਦਿੰਦਾ ਤੇ ਇਹਨੂੰ ਉੱਥੋਂ ਭਜਾ ਦਿੰਦਾ ਤੇ ਫਿਰ ਥੋੜੇ ਟਾਈਮ ਬਾਅਦ ਪੰਡਿਤ ਨੂੰ ਘਰੋਂ ਉਹਦੀ ਪਤਨੀ ਦਾ ਫੋਨ ਆਉਂਦਾ ਤੇ ਪਤਨੀ ਕਹਿੰਦੀ ਕਿ ਆਪਣੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਤੇ ਕਹਿੰਦੀ ਕਿ ਉਹਦਾ ਸਾਰਾ ਖੂਨ ਨਿਕਲ ਗਿਆ ਤੇ ਜਲਦੀ ਤੋਂ ਜਲਦੀ ਓ ਪੋਜ਼ਿਟਿਵ ਖੂਨ ਦਾ ਇੰਤਜ਼ਾਮ ਕਰੋ। ਪੰਡਿਤ ਕੋਲੇ ਪੈਸੇ ਨਾ ਹੋਣ ਕਰਕੇ ਪੰਡਿਤ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਤੇ ਪਰ ਪੰਡਿਤ ਦੇ ਰਿਸ਼ਤੇਦਾਰ ਸਾਰੇ ਖੂਨ ਦੇਣ ਤੋਂ ਮਨਾ ਕਰ ਦਿੰਦੇ ਨੇ ਤੇ ਪੰਡਿਤ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੇ ਉਹ ਮੰਦਿਰ ਦੇ ਬਾਹਰ ਬੈਠ ਕੇ ਰੋਣ ਲੱਗ ਜਾਂਦਾ ਤੇ ਉਦੋਂ ਹੀ ਇੱਕ ਮੁਸਲਿਮ ਬੰਦਾ ਆ ਕੇ ਪੰਡਿਤ ਨੂੰ ਕਹਿੰਦਾ ਕਿ ਹੋਇਆ ਪੰਡਿਤ ਜੀ ਕਿਉਂ ਰੋ ਰਹੇ ਹੋ ਤੇ ਫਿਰ ਇਹ ਪੰਡਿਤ ਇਹ ਮੁਸਲਿਮ ਆਦਮੀ ਨੂੰ ਸਾਰੀ ਗੱਲ ਦੱਸਦਾ ਤੇ ਪੰਡਿਤ ਦੀ ਗੱਲ ਸੁਣ ਕੇ ਇਹ ਆਦਮੀ ਕਹਿੰਦਾ ਕਿ ਮੇਰੀ ਪਤਨੀ ਦਾ ਖੂਨ ਓ ਪੋਜ਼ਿਟਿਵ ਹੈ ਤੇ ਫਿਰ ਪੰਡਿਤ ਉਹ ਮੁਸਲਿਮ ਆਦਮੀ ਨਾਲ ਉਹਦੇ ਘਰੇ ਜਾਂਦਾ ਤੇ ਪੰਡਿਤ ਉਹਦੀ ਪਤਨੀ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਉਹਦੀ ਪਤਨੀ ਉਹੀ ਸੀ ਜਿਹਦਾ ਉਹਨੇ ਘੜਾ ਭੰਨਿਆ ਸੀ। ਅੱਗੇ ਦੇਖਣ ਤੋਂ ਪਹਿਲਾਂ ਮਾਤਾ ਲਕਸ਼ਮੀ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਮੈਂਟ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜ਼ਰੂਰ ਲਿਖੋ ਤੇ ਫਿਰ ਪੰਡਿਤ ਉਹ ਮੁਸਲਿਮ ਔਰਤ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਤੇ ਉਹਨਾਂ ਤੋਂ ਮਾਫੀ ਮੰਗਣ ਲੱਗ ਜਾਂਦਾ ਤੇ ਦੂਜੇ ਪਾਸੇ ਔਰਤ ਕਹਿੰਦੀ ਕਿ ਕੋਈ ਗੱਲ ਨਹੀਂ ਜਲਦੀ ਹਸਪਤਾਲ ਚਲੋ ਤੁਹਾਡੇ ਬੱਚੇ ਨੂੰ ਖੂਨ ਦੇਣ। ਉਸ ਤੋਂ ਇਹ ਪੰਡਿਤ ਮੰਦਿਰ ਵਿੱਚ